ਸਤਿ ਸ਼੍ਰੀ ਅਕਾਲ ਜੀ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਵੀਰ ਆਜ਼ਾਦ। ਜਿਸ ਤਰ੍ਹਾਂ ਦਰਸ਼ਕੋ ਤੁਹਾਨੂੰ ਪਤਾ ਹੈ ਕਿ ਜੀਵੀਐਸ ਟਾਈਮਸ ਐਂਟਰਟੇਨਮੈਂਟ ਤੇ ਨਿਊਜ਼ ਪੋਰਟਲ ਆ ਤੇ ਲਗਭਗ ਪਿਛਲੇ 4 ਸਾਲਾਂ ਤੋਂ ਤੁਸੀਂ ਖਬਰਾਂ ਹੀ ਦੇਖ ਰਹੇ ਹੋ ਤੇ ਅੱਜ 4 ਦਿਨ ਦੇ ਲਈ ਅਸੀਂ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਪੰਜਾਬ ਲੋਕ ਯੁਵਕ ਭਲਾਈ ਵਿਭਾਗ ਵੱਲੋਂ 4 ਦਿਨ ਦਾ ਯੂਥ ਫੈਸਟੀਵਲ ਕਰਵਾਇਆ ਜਾ ਰਿਹਾ। ਸੋ ਇੱਥੋਂ ਦੇ ਸਟੂਡੈਂਟ ਨਾਲ ਗੱਲਬਾਤ ਕਰਾਂਗੇ, ਬਹੁਤ ਸਾਰੇ ਕਾਲਜਾਂ ਤੋਂ ਵਿਦਿਆਰਥੀ ਆਏ ਨੇ, ਅਧਿਆਪਕ ਆਏ ਨੇ। ਸੋ ਸਾਰਾ ਜੋ ਮੇਲਾ 4 ਦਿਨ ਦੀ ਕਵਰੇਜ ਆ, ਅੱਜ ਪਹਿਲਾ ਦਿਨ ਆ। ਸੋ ਜਿਹੜੇ ਇੱਥੋਂ ਦਰਸ਼ਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ। ਤਾਂ ਮੈਂ ਬਰਨਾਲੇ ਦੇ ਯੂਨੀਵਰਸਿਟੀ ਕਾਲਜ ਦੇ ਵਿੱਚ ਮੌਜੂਦ ਹਾਂ ਜਿੱਥੇ ਪ੍ਰੋਫੈਸਰ ਅਰਵਿੰਦ ਮਾਨਯੋਗ ਵਾਈਸ ਚਾਂਸਲਰ ਜੀ ਦੀ ਅਗਵਾਈ ਹੇਠ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੇਤਰੀ ਯੁਵਕ ਅਤੇ ਲੋਕ ਮੇਲਾ ਮਿਤੀ 3-4-5-6 ਅਕਤੂਬਰ ਨੂੰ ਜਿਹੜਾ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿੱਚ ਹੋ ਰਿਹਾ ਅਤੇ ਅੱਜ ਉਸਦਾ ਪਹਿਲਾ ਦਿਨ ਆ। ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਮੇਨ ਜਿਹੜਾ ਗੇਟ ਆ ਉਸ ਤੋਂ ਐਂਟਰੀ ਹੁੰਦੀ ਆ ਅਤੇ ਲਗਭਗ ਇੱਥੇ 4 ਦਿਨ ਦਾ ਪ੍ਰੋਗਰਾਮ ਆ ਅਤੇ 4 ਹੀ ਸਟੇਜਾਂ ਨੇ। ਸੋ ਮੁੱਖ ਮਹਿਮਾਨ ਨੂੰ ਗੇਟ ਨੰਬਰ 1 ਤੋਂ ਲਿਜਾਇਆ ਜਾਵੇਗਾ ਅਤੇ ਤੁਸੀਂ ਦੇਖ ਸਕਦੇ ਹੋ 4 ਸਟੇਜਾਂ ਲੱਗੀਆਂ ਨੇ। ਅੱਜ ਜਿਹੜਾ ਮਾਈਮ ਭੰਗੜਾ ਗਰੁੱਪ ਅਤੇ ਵੱਖ ਵੱਖ ਜਿਹੜੀਆਂ ਆਈਟਮਾਂ ਕਰਵਾਈਆਂ ਜਾਣਗੀਆਂ। ਅਤੇ ਫਿਲਹਾਲ ਜਿਹੜੀ ਤਸਵੀਰਾਂ ਤੁਸੀਂ 2nd ਸਟੇਜ ਦੀਆਂ ਦੇਖ ਰਹੇ ਹੋ ਅਤੇ ਅਸੀਂ ਕੋਲ ਬਰਨਾਲਾ ਦੀ ਗੱਲ ਕਰਾਂ ਤਾਂ ਮਾਈਮ ਦੀ ਆਈਟਮ ਆ ਜਿਹੜੀ ਉਹਦੀ ਤਿਆਰੀ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਡਾਕਟਰ ਤਰਸਪਾਲ ਵੀ ਮੌਜੂਦ ਨੇ ਸਾਡੇ ਨਾਲ ਅਤੇ ਤਸਵੀਰਾਂ ਦੇ ਵਿੱਚ ਜਲਦੀ ਇਹਨਾਂ ਦੀ ਜਿਹੜੀ ਐਕਟੀਵਿਟੀ ਆ ਤੁਹਾਨੂੰ ਸਟੇਜ ਦੇ ਉੱਪਰ ਪਰਫੋਰਮ ਹੁੰਦੀ ਦਿਖੇਗੀ। ਯੂਥ ਫੈਸਟੀਵਲ ਦਾ ਪਹਿਲਾ ਦਿਨ ਆ ਔਰ ਭੰਗੜੇ ਦੀ ਜਿਹੜੀ ਪਰਫੋਰਮੈਂਸ ਆ ਸਟੇਜ ਨੰਬਰ 1 ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਦਰਸ਼ਕੋ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿੱਚ ਮੌਜੂਦ ਹਾਂ ਅਤੇ 4 ਦਿਨ ਦਾ ਜਿਹੜਾ ਯੂਥ ਫੈਸਟੀਵਲ ਹੋ ਰਿਹਾ ਅਤੇ ਬਿਲਕੁਲ ਵਿਆਹ ਦੀ ਤਰ੍ਹਾਂ ਹੀ ਜਿਹੜੀਆਂ ਇੱਥੇ ਤਿਆਰੀਆਂ ਤੁਸੀਂ ਦੇਖ ਰਹੇ ਹੋ। ਅੱਜ ਪਹਿਲਾ ਦਿਨ ਆ ਅਤੇ ਪ੍ਰਿੰਸੀਪਲ ਹਰਕਮਲ ਜੀਤ ਜੀ ਸਾਡੇ ਨਾਲ ਮੌਜੂਦ ਨੇ, ਸੋ ਗੱਲਬਾਤ ਕਰਦੇ ਹਾਂ। ਸਰ ਸਭ ਤੋਂ ਪਹਿਲਾਂ ਜੀ ਮੁਬਾਰਕਾਂ ਜੀ ਤੁਹਾਨੂੰ ਇਸ ਪ੍ਰੋਗਰਾਮ ਲਈ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਰ। ਸਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਵੀ ਥੋੜ੍ਹਾ ਸਮਾਂ ਆਇਆ ਕਾਲਜ ਦੇ ਵਿੱਚ ਜੁਆਇਨ ਕੀਤੇ ਹੋਇਆਂ ਨੂੰ, ਐਡੀ ਵੱਡੀ ਜ਼ਿੰਮੇਵਾਰੀ ਆ, ਕਿਵੇਂ ਲੱਗ ਰਿਹਾ? ਸਰ ਮੈਨੂੰ ਅਸਲ ਵਿੱਚ 3-4 ਮਹੀਨੇ ਹੋਏ ਆ ਜੁਆਇਨ ਕੀਤੇ ਨੂੰ ਅਤੇ ਯੂਨੀਵਰਸਿਟੀ ਵੱਲੋਂ ਪੰਜਾਬ ਯੂਨੀਵਰਸਿਟੀ ਆਪਣੀ ਪੰਜਾਬੀ ਯੂਨੀਵਰਸਿਟੀ ਵੱਲੋਂ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀਗੀ ਅਤੇ ਕੋਸ਼ਿਸ਼ ਕੀਤੀ ਆ ਵੀ ਪੂਰੀ ਤਰ੍ਹਾਂ ਨਾਲ ਨਿਭਾਈਏ ਅਤੇ ਕੋਈ ਕਮੀ ਨਾ ਰਹੇ। ਸਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਕਿਉਂਕਿ ਵੱਡੇ ਲੈਵਲ ਤੇ ਜਿਹੜਾ ਯੂਥ ਫੈਸਟੀਵਲ ਹੋ ਰਿਹਾ? ਸਰ ਪ੍ਰਬੰਧ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ, ਆਪਣੇ 4 ਸਟੇਜਾਂ ਲਈ ਆਪਾਂ ਅਲੱਗ ਅਲੱਗ ਟੈਂਟ ਲਾਏ ਆ, ਬਾਕੀ ਰੋਟੀ ਪਾਣੀ ਦਾ ਗੈਸਟ ਲਈ ਪ੍ਰਬੰਧ ਕੀਤਾ, ਬੱਚਿਆਂ ਲਈ ਪ੍ਰਬੰਧ ਕੀਤਾ ਵਾ ਅਤੇ ਕੋਸ਼ਿਸ਼ ਕੀਤੀ ਆ ਵੀ ਹਰ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾਣ, ਜਿੰਨਾ ਵੀ ਹੋ ਸਕਿਆ ਸੀ ਵੱਧ ਤੋਂ ਵੱਧ ਪ੍ਰਬੰਧ ਕੀਤੇ ਆ ਆਪਾਂ। ਸਰ ਜੇ ਚੀਫ ਗੈਸਟ ਦੀ ਗੱਲ ਕਰਾਂ ਤਾਂ ਹਰ ਦਿਨ ਨਵੇਂ ਗੈਸਟ ਆਉਂਦੇ ਨੇ, ਅੱਜ ਪਹਿਲੇ ਗੈਸਟ ਕਿਹੜੇ ਨੇ? ਸਰ ਅੱਜ ਗਗਨ ਥਾਪਾ ਜੀ ਆਏ ਸੀਗੇ, ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਨਾਂ ਨੇ ਇਨੋਗਰੇਸ਼ਨ ਕੀਤਾ ਸੀਗਾ ਅਤੇ ਹੋਰ ਵੀ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਪੱਤਰਕਾਰ ਭਾਈਚਾਰਾ
ਆਪਣੇ ਕਾਫੀ ਸੱਜਣ ਆਪਣੇ ਸ਼ਹਿਰ ਤੋਂ ਵੀ ਆਏ ਸੀਗੇ ਤੇ ਬਾਕੀ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਹੈ ਇਸ ਵਿੱਚ। ਸਰ ਕਾਲਜ ਦੇ ਸਟਾਫ ਤੇ ਜੇ ਮੈਂ ਸਟੂਡੈਂਟ ਦੀ ਗੱਲ ਕਰਾਂ ਕਿਸ ਤਰ੍ਹਾਂ ਦਾ ਸਹਿਯੋਗ ਉਹਨਾਂ ਦਾ? ਸਰ ਕਾਲਜ ਦੇ ਸਹਿਜ ਸਟਾਫ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਵਾ, ਇੱਥੋਂ ਤੱਕ ਕਿ ਸਟੂਡੈਂਟ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਆ। ਸਾਰਾ ਜੋ ਵੀ ਪ੍ਰਵਾਸਲਾ ਜ਼ਿਆਦਾਤਰ ਸਟੂਡੈਂਟਾਂ ਨੇ ਮੂਹਰੇ ਹੋ ਕੇ ਕੀਤਾ ਵਾ। ਅਸੀਂ ਸਟਾਫ ਵੱਲੋਂ ਤਾਂ ਸਿਰਫ ਉਹਨਾਂ ਨੂੰ ਇੱਕ ਅਗਵਾਹੀ ਦਿੱਤੀ ਗਈ ਆ, ਬਾਕੀ ਪ੍ਰਬੰਧ ਸਾਰਾ ਬੱਚਿਆਂ ਨੇ ਕੀਤਾ ਵਾ ਜੀ। ਸੋ ਦਰਸ਼ਕੋ, ਅੱਜ ਯੂਥ ਫੈਸਟੀਵਲ ਦਾ ਜਿਹੜਾ ਪਹਿਲਾ ਦਿਨ ਆ, ਬਿਲਕੁਲ ਵਿਆਹ ਦੀ ਤਰ੍ਹਾਂ ਇੱਥੇ ਤਿਆਰੀਆਂ ਹੋ ਰਹੀਆਂ ਨੇ ਔਰ ਹਰਕਮਲਜੀਤ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਨੇ ਦੱਸਿਆ ਕਿ ਕਾਲਜ ਦੇ ਹਰ ਬੱਚੇ ਹਰ ਕਹਿ ਲਈਏ ਕਿ ਅਧਿਆਪਕ ਨੇ ਬਹੁਤ ਵੱਡੀ ਜ਼ਿੰਮੇਵਾਰੀ ਆਪਣੇ ਆਪ ਹੀ ਨਿਭਾਈ ਆ। ਸੋ ਜਲਦੀ ਹੀ ਤੁਹਾਨੂੰ ਅਗਲੇ ਦਿਨ ਦੇ ਵੀ ਅਪਡੇਟ ਦੇਵਾਂਗੇ, ਬਣੇ ਰਹੋ ਜੀਵੀਐਸ ਟਾਈਮ ਦੇ ਨਾਲ। ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿੱਚ ਮੌਜੂਦ ਅਤੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਗਗਨਦੀਪ ਜੀ ਸਾਡੇ ਨਾਲ ਮੌਜੂਦ ਨੇ। ਮੈਮ, ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ, ਕਿਉਂਕਿ ਮੇਰੇ ਖਿਆਲ ਕਿ ਪਹਿਲੀ ਵਾਰ ਇਸ ਕਾਲਜ ਦੇ ਵਿੱਚ ਐਡਾ ਵੱਡਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾ ਰਿਹਾ? ਹਾਂਜੀ, ਤਿਆਰੀਆਂ ਸਰ ਵਿਦਿਆਰਥੀਆਂ ਵਿੱਚ ਬਹੁਤ ਜ਼ਿਆਦਾ ਜੋਸ਼ ਪਾਇਆ ਗਿਆ, ਕਿਉਂਕਿ ਇੱਕ ਤਾਂ ਇਹ ਹੈ ਕਿ ਇਸ ਇਲਾਕੇ ਵਿੱਚ ਬਰਨਾਲੇ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਕਾਲਜ ਨੂੰ ਇਹ ਮੇਲਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਸਾਨੂੰ ਲੱਗ ਰਿਹਾ ਸੀ ਕਿ ਸਾਡੇ ਲਈ ਇਹ ਬੜਾ ਮੁਸ਼ਕਿਲ ਹੈ ਇਹ ਉਪਰਾਲਾ ਕਰ ਸਕਣਾ, ਪਰ ਸਾਨੂੰ ਬਹੁਤ ਸਹਿਯੋਗ ਮਿਲਿਆ ਸ਼ਹਿਰ ਦੇ ਲੋਕਾਂ ਵੱਲੋਂ ਵੀ ਅਤੇ ਥਾਪਾ ਸਰ ਡਾਕਟਰ ਗਗਨਦੀਪ ਥਾਪਾ ਜੀ ਇੰਚਾਰਜ ਯੁਵਕ ਭਲਾਈ ਵਿਭਾਗ ਦੇ, ਉਹਨਾਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ। ਸਾਡੇ ਵਾਈਸ ਚਾਂਸਲਰ ਸਾਹਿਬ ਪ੍ਰੋਫੈਸਰ ਅਰਵਿੰਦ ਜੀ ਨੇ ਉਹਨਾਂ ਨੇ ਸਾਡਾ ਹੱਥ ਫੜਿਆ ਕਿ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ, ਕਿਉਂਕਿ ਸਾਡਾ ਇੱਕ ਕਾਲਜ ਬਣੇ ਨੂੰ ਵੀ ਥੋੜ੍ਹਾ ਟਾਈਮ ਹੋਇਆ 2016 ਵਿੱਚ ਸਟਾਰਟ ਹੋਇਆ, ਤਾਂ ਸਾਨੂੰ ਲੱਗ ਰਿਹਾ ਸੀ ਬੜਾ ਮੁਸ਼ਕਿਲ ਹੋਏਗਾ, ਪਰ ਸਾਰਿਆਂ ਦਾ ਸਹਿਯੋਗ ਹੋਇਆ ਅਤੇ ਮੈਂ ਬਹੁਤ ਧੰਨਵਾਦ ਦੀਆਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਅਤੇ ਬਰਨਾਲਾ ਦੇ ਪ੍ਰਸ਼ਾਸਨ ਦੀ ਅਤੇ ਬਰਨਾਲਾ ਦੇ ਉਹਨਾਂ ਪਤਵੰਤੇ ਸੱਜਣਾਂ ਦੀ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ। ਮੈਮ, ਜੇਕਰ ਮੈਂ ਪ੍ਰਬੰਧਾਂ ਦੀ ਗੱਲ ਕਰਾਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ, ਕਿਉਂਕਿ ਲਗਭਗ 4 ਜ਼ਿਲ੍ਹਿਆਂ ਦੇ ਇੱਥੇ ਜਿਹੜੇ ਵਿਦਿਆਰਥੀ ਪਹੁੰਚ ਰਹੇ ਵੱਖ ਵੱਖ ਕਾਲਜਾਂ ਤੋਂ? ਹਾਂਜੀ, ਪ੍ਰਬੰਧ ਸਰ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਵਧੀਆ ਕਰਨ ਦੀ ਕੋਸ਼ਿਸ਼ ਕਰੀਏ। ਜਿਵੇਂ ਤੁਸੀਂ ਦੇਖ ਰਹੇ ਹੋ ਟੈਂਟ ਸਾਊਂਡ ਸਾਨੂੰ ਆਪਣੇ ਆਪ ਸੇਵਾਵਾਂ ਲਈ ਆਏ ਨੇ ਲੋਕ ਅੱਗੇ ਕਿ ਅਸੀਂ ਤੁਹਾਡੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਹਾਂ। ਬਾਕੀ ਜਿਹੜੇ ਵਿਦਿਆਰਥੀਆਂ ਦੇ ਪਾਰਟਿਸਪੈਂਟਸ ਦੀ ਗੱਲ ਹੈ, ਉਹ ਜੋਸ਼ ਵੀ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਿਆ। ਕਾਰਨ ਇਹ ਸੀ ਕਿ ਤਾਂ ਕੋਰੋਨਾ ਕਾਲ ਤੋਂ ਬਾਅਦ ਜਿਹੜਾ ਇਹ ਮਤਲਬ ਵਿਦਿਆਰਥੀਆਂ ਨੂੰ ਮੌਕਾ ਮਿਲਿਆ, ਆਪਣੇ ਹਿਸਾਬ ਨਾਲ ਸਾਨੂੰ ਪਰ ਜਿਹੜਾ ਬਾਹਰੋਂ ਸਹਿਯੋਗ ਮਿਲਿਆ ਅਸੀਂ ਕਰ ਸਕ ਰਹੇ ਹਾਂ, ਅਸੀਂ ਮਤਲਬ ਲੱਗ ਰਿਹਾ ਸੀ ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਕਿਉਂਕਿ ਕਾਲਜਾਂ ਵੱਲੋਂ ਸਾਨੂੰ ਭਰਪੂਰ ਹੰਗਾਰਾ ਮਿਲ ਰਿਹਾ ਕਿ ਸਾਡਾ ਪ੍ਰਬੰਧ ਬੜਾ ਵਧੀਆ ਰਹੀ। ਵਿਦਿਆਰਥੀਆਂ ਦੀ ਗੱਲ, ਉਹਨਾਂ ਵਿੱਚ ਉਤਸ਼ਾਹ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਲੱਗਿਆ, ਕਿਉਂਕਿ ਇੱਕ ਤਾਂ ਕੋਰੋਨਾ ਕਾਲ ਤੋਂ ਬਾਅਦ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਦੂਸਰਾ ਵੱਖ ਵੱਖ ਬਣ ਗਈਆਂ ਜਿਹਨਾਂ ਬਾਰੇ ਜਿਹੜੀਆਂ ਅਲੋਪ ਹੋ ਰਹੀਆਂ ਨੇ, ਖਾਸ ਕਰ ਰੱਸਾ ਵੱਟਣਾ, ਛਿੱਕੂ ਬਣਾਉਣਾ, ਇਹਨਾਂ ਬਾਰੇ ਵਿਦਿਆਰਥੀ ਜਿਹੜੇ ਹੁਣ ਦੀ ਆਪਣੀ ਯੂਥ ਹੈ ਉਹ ਇਹਨਾਂ ਤੋਂ ਜਾਣੂ ਨਹੀਂ ਹੈਗੀ, ਪਰ ਇਸ ਮੇਲੇ ਦੇ ਜ਼ਰੀਏ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਸਾਡੀਆਂ ਜਿਹੜੀਆਂ ਅਲੋਪ ਹੋ ਰਹੀਆਂ ਬਣ ਗਈਆਂ ਨੇ ਜਿਹਨਾਂ 'ਚ ਦਿਲਚਸਪੀ ਦਿਖਾਉਣਾ ਵੀ ਜ਼ਰੂਰੀ। ਜਿਸ ਤਰੀਕੇ ਤੁਹਾਡੇ ਕੋਲ ਡੈਅਰੀ ਚੱਕੀ ਹੈ, ਮੈਨੂੰ ਤਾਂ ਬਹੁਤ ਬਿਜ਼ੀ ਸ਼ਡਿਊਲ ਔਰ ਬਹੁਤ ਵੱਡੀ ਜ਼ਿੰਮੇਵਾਰੀ ਆ, ਕੀ ਲੱਗਦਾ ਜਿਸ ਤਰ੍ਹਾਂ ਅੱਧਾ ਦਿਨ ਗੁਜ਼ਰ ਚੁੱਕਿਆ ਹੁਣ ਲੱਗਦਾ ਕਿ ਅੱਗੇ ਵੀ ਇਸ ਤਰੀਕੇ ਨਾਲ ਹੀ ਜਿਹੜੀ ਜ਼ਿੰਮੇਵਾਰੀ ਨਿਭਾਈ ਜਾਊ? ਹਾਂਜੀ ਸਰ, ਸਾਨੂੰ ਲੱਗ ਰਿਹਾ ਕਿ ਜ਼ਿੰਮੇਵਾਰੀ ਅਸੀਂ ਅੱਜ ਇੰਨੀ ਜ਼ਿਆਦਾ ਭੱਜ ਨੱਠ ਰਹੀ ਹੈ ਕਿ ਸਾਨੂੰ 4 ਸਟੇਜਾਂ ਸਾਡੀਆਂ, 2 ਸਟੇਜਾਂ ਨੀਚੇ ਗਰਾਊਂਡ 'ਤੇ ਨੇ, 2 ਸਟੇਜਾਂ ਉੱਪਰ ਹੈ, ਸਾਰਿਆਂ ਦੇ ਪ੍ਰਬੰਧ ਦੇਖਣੇ, ਜੱਜਿਸ ਸਾਹਿਬ ਦਾ ਅਰੇਂਜਮੈਂਟ ਸਾਰਾ ਦੇਖਣਾ ਵੀ ਕਿਸ ਕੋਈ ਕਮੀ ਨਾ ਰਹਿ ਜੇ, ਅਤੇ ਲੱਗ ਰਿਹਾ ਕਿ ਸਭ ਚੱਲ ਰਿਹਾ, ਵਧੀਆ ਚੱਲ ਰਿਹਾ ਅਤੇ 4 ਦਿਨ ਸਾਡੇ ਹਾਲੇ, 3 ਦਿਨ ਹੋਰ ਵਿਆਹ ਵਾਲਾ ਕੰਮ ਹੈ ਸਾਡਾ, ਤਾਂ ਸਾਡੀ ਕੋਸ਼ਿਸ਼ ਹੈ ਕਿ ਇਸ ਵਿਆਹ ਨੂੰ ਅਸੀਂ ਵਧੀਆ ਸਫਲਤਾ ਪੂਰਵਕ। ਮੈਮ, ਆਖਰੀ ਸਵਾਲ, ਯੂਨੀਵਰਸਿਟੀ ਕਾਲਜ ਤੁਹਾਡਾ ਅਤੇ ਤੁਹਾਡੇ ਸਟੂਡੈਂਟ ਦੀ ਗੱਲ ਕਰੀਏ, ਸਾਰੇ ਪਾਰਟੀਸਪੇਟ ਕਰ ਰਹੇ ਨੇ? ਹਾਂਜੀ ਸਰ, ਸਾਡੇ ਸਟੂਡੈਂਟਸ ਵੱਧ ਤੋਂ ਵੱਧ ਪਾਰਟੀਸਪੇਟ ਕਰ ਰਹੇ ਆ, ਲਗਭਗ ਸਾਰੀਆਂ ਆਈਟਮਾਂ ਵਿੱਚ ਹੀ ਕਰ ਰਹੇ ਨੇ। ਜਿਹੜੇ ਬੱਚੇ ਪਾਰਟੀਸਪੇਟ ਨਹੀਂ ਵੀ ਕਰ ਰਹੇ ਉਹ NSS ਵਾਲੇ ਬੱਚੇ ਨੇ ਸਾਡੇ, ਜਿਹੜੇ ਪੂਰੇ ਜ਼ਿੰਮੇਵਾਰੀ ਨਿਭਾ ਰਹੇ ਨੇ, ਅਨੁਸ਼ਾਸਨ ਦੀ ਹੈ, ਰਿਫਰੈਸ਼ਮੈਂਟ ਦੇ ਵਿੱਚ ਆ, ਮਤਲਬ ਹਰ ਤਰ੍ਹਾਂ ਨਾਲ ਹਰ ਅਰੇਂਜਮੈਂਟ ਦੇ ਵਿੱਚ ਸਾਡੇ ਸਾਰੇ ਵਿਦਿਆਰਥੀ ਇਨਵੋਲਵ ਹੋਏ। ਜੀ, ਸੋ ਦਰਸ਼ਕੋ, ਸਾਡੇ ਨਾਲ ਵਾਈਸ ਪ੍ਰਿੰਸੀਪਲ ਗਗਨਦੀਪ ਮੈਡਮ ਨੇ ਅਤੇ ਇਹਨਾਂ ਨੇ ਦੱਸਿਆ ਕਿ ਬੜੀ ਵੱਡੀ ਜ਼ਿੰਮੇਵਾਰੀ ਆ, ਥੋੜ੍ਹੇ ਸਮੇਂ ਦੇ ਵਿੱਚ ਉਸਨੂੰ ਮੈਨੇਜ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ, ਕਿਉਂਕਿ 4 ਦਿਨ ਦਾ ਮੇਲਾ ਜੀ ਅਤੇ 4 ਹੀ ਸਟੇਜਾਂ ਨੇ, ਚਾਰਾਂ ਨੂੰ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਡੈਰੀ ਹੱਥ ਦੇ ਵਿੱਚ ਇਕੱਲੀ ਇਕੱਲੀ ਗੱਲ ਨੋਟ ਕਰਨੀ। ਸੋ ਮੈਮ, ਬਹੁਤ ਬਹੁਤ ਵਧਾਈਆਂ ਜੀ ਇੱਕ ਵਾਰੀ ਸਾਡੇ ਚੈਨਲ ਵੱਲੋਂ। ਸ਼ੁਕਰੀਆ ਜੀ। ਸੋ ਦਰਸ਼ਕੋ, ਅੱਜ ਪਹਿਲਾ ਦਿਨ ਆ ਅਤੇ ਹੋਰ ਅਪਡੇਟ ਦੇ ਲਈ ਬਣੇ ਰਹੋ JVS ਟਾਈਮ ਦੇ ਨਾਲ।